ਸਸਿਕਾਲ ਜੀ ਸਾਰਿਆਂ ਨੂੰ। ਜਿਵੇਂ ਤੁਹਾਨੂੰ ਕਿਹਾ ਤਾ ਜੀ ਵੀ ਪਨੀਰੀ ਦੇ ਆਲੇ ਦੁਆਲੇ ਆਪਾਂ ਨੇ ਡੰਗਰ ਵੜਨੇ ਤੋਂ ਰੱਸੀ ਲਾਉਣੀ ਆ, ਉਹ ਹੁਣ ਲਾਉਣ ਚੱਲੇ ਆ। ਬਾਕੀ ਮਲਕੀਤ ਸੀ ਬਾਈ ਬੈਠਿਆ ਇੱਧਰ, ਡਾਕਟਰ ਇਹ ਕਹਿੰਦਾ ਵੀ ਆ ਕੱਢ ਕੇ ਚੰਗੀ ਤਰ੍ਹਾਂ ਕੱਢ ਕੇ ਵੀ ਫਿਰ ਲਾਉਣੇ ਆਪਾਂ। ਅਤੇ ਤੁਸੀਂ ਜਸ਼ਨ ਨੂੰ ਪੁੱਛੀ ਜਾਂਦੇ ਆ, ਉਹ ਦੇਖੋ ਜਸ਼ਨ, ਮਿਲੋ ਜਸ਼ਨ ਨੂੰ। ਸਾਰਿਆਂ ਨੂੰ ਜਸ਼ਨ ਦੇਖੋ ਜੀ, ਤੁਸੀਂ ਕਹੀ ਜਾਂਦੇ ਆਉਂਦਾ ਨਹੀਂ, ਇਹ ਐਂ ਨਹੀਂ ਕਰਦਾ। ਪਹਿਲਾਂ ਤਾਂ ਇਹ ਮਸ਼ੀਨ ਭਰ ਰਿਹਾ ਤੂੜੀ ਵਾਲੀ 'ਤੇ, ਇਹ ਤੂੜੀ ਵਾਲੀ 'ਤੇ ਮਸ਼ੀਨ ਦੇ ਨਾਲ ਛੱਡਿਆ ਹੋਇਆ ਤਾਂ ਵੀ ਤੈਂ ਦੇਖਣਾ ਵੀ ਕਿਹਦੇ ਉਹ ਕਰਨਾ ਵੀ ਕੋਲ ਰਹਿਣਾ ਮਸ਼ੀਨ ਦੇ, ਇਹ ਉੱਧਰ ਲੱਗਿਆ ਰਿਹਾ ਤਾ। ਅਤੇ ਹੁਣ ਜਦੋਂ ਫ੍ਰੀ ਹੋਇਆ ਕਹਿੰਦਾ ਹੁਣ ਮੈਂ ਇੰਨੀ ਦੇਰ ਲੱਗਿਆ ਰਿਹਾ ਵੀ ਮੈਨੂੰ ਕੁਛ ਦਿਓ, ਵੀ ਮੈਨੂੰ ਵੀ ਜਿਵੇਂ ਡਰਾਈਵਰ ਨੂੰ ਦੇਣਾ, ਹੈਲਪਰ ਨੂੰ ਦੇਣਾ, ਵੀ ਮੈਨੂੰ ਵੀ ਕੁਛ ਦਿਓ। ਚਲੋ ਮੈਂ ਕਿਹਾ ਵੀ ਕਿਆ ਚਾਹੀਦਾ, ਕਿਆ ਕਰਨਾ? ਕਹਿੰਦਾ ਮੈਂ ਆਪਣੇ ਮੋਟਰਸਾਈਕਲ ਦੀ ਸਰਵਿਸ ਕਰਾਉਣੀ, ਕੋਈ ਉਹ ਕਰਾਉਣਾ। ਕਹਿ ਕੁਹ ਕੇ ਮੇਰੇ 'ਤੇ ਜੀ ਪੈਸੇ ਲੈ ਗਿਆ, ਆਪਣੇ ਮੋਟਰਸਾਈਕਲ ਦੀ ਵੀ ਇਹਨੇ ਸਰਵਿਸ ਕਰਾ ਲਈ, ਹੋਰ ਮਾੜਾ ਮੋਟਾ ਕੰਮ ਤਾਂ ਉਹ ਕਰਾ ਲਿਆ। ਆਹ ਬੁਲਟ ਦਾ ਕਰਾ ਕੇ ਲਿਆਇਆ ਦੇਖੋ, ਜਿਹੜਾ ਅੱਜ ਤੱਕ ਇਹਨੂੰ ਮੇਰੇ ਕੋਲ ਇਹ 14 ਮਾਡਲ ਆ 15, ਅਤੇ ਮੈਂ ਅੱਜ ਤੱਕ ਇਹਦਾ ਕੰਮ ਨਹੀਂ ਕਰਾਇਆ ਤਾ, ਜਿਹੜਾ ਇਹਨੇ ਆਹ ਕੰਮ ਕਰਾ ਤੇ। ਦੇਖੋ ਦੱਸ ਬਾਈ ਕਿਆ ਕਰਾ ਕੇ ਲਿਆਇਆ, ਦੱਸ ਚਲਾਣੇ ਦੱਸੂਗਾ, ਹੁਣ ਕਿਆ ਹੋਊਗਾ ਇਹਦਾ, ਚਲਾਣ ਹੋਊਗਾ ਹੁਣ, ਹੋਰ ਕਿਆ ਹੋਣਾ ਬਾਈ, ਕਿਆ ਹੋਊਗਾ ਮਿਲ ਗਈ ਸੀ ਬਾਈ। ਮੈਂ ਤਾਂ ਪੁਲਿਸ ਵਾਲਿਆਂ ਨੂੰ ਕਹਿੰਦਾ ਬੰਦਾ ਦੇਖ ਲਓ, ਜਿੱਦਾਂ ਦੇਖ ਗਿਆ ਘੇਰ ਲਓ ਇਹਨੂੰ ਬਸ, ਠੀਕ ਹੈ ਨਾ। ਚਲਾਣ ਦਾ ਕੰਮ ਪੂਰਾ ਕਰਾ ਕੇ ਲਿਆਇਆ ਜੀ ਇਹ, ਮਤਲਬ ਕਸਰ ਨਹੀਂ ਛੱਡੀ ਇਹਨੇ, ਚਲਾਨ ਪੱਕਾ ਹੁਣ ਮੇਰੇ ਮੋਟਰਸਾਈਕਲ ਦਾ। ਅੱਜ ਤੱਕ ਮੋਟਰਸਾਈਕਲ ਦਾ ਮੇਰੇ ਦਾ ਚਲਾਨ ਨਹੀਂ ਹੋਇਆ, ਕਿਉਂ ਆਪਾਂ ਗਲਤ ਕੰਮ ਕਰਦੇ ਹੀ ਨਹੀਂ। ਦੇਖੋ ਇਹਨੇ ਪੈਸੇ ਲੈ ਗਿਆ, ਮੈਨੂੰ ਨਹੀਂ ਪਤਾ ਕਿਆ ਕਰਨ ਗਿਆ। ਇੱਕ ਤਾਂ ਬੈਂਡ ਬਦਲਵਾ ਲਿਆ, ਦੂਜਾ ਹੋਰਨ ਐਡੇ ਐਡੇ ਲਵਾ ਲਿਆ, ਤੀਜਾ ਪਿੱਛੇ ਨੰਬਰ ਪਲੇਟ ਦੇਖੋ। ਆ ਮੈਂ ਲਾਈਟ ਵੀ ਨਹੀਂ ਬਦਲਾਈ, ਲਾਈਟ ਛੋਟੀ ਪਵਾ ਕੇ ਨੰਬਰ ਪਲੇਟ ਦੇਖੋ। ਹੁਣ ਨੰਬਰ ਪਲੇਟਾਂ ਤਾਂ ਲੱਗਦੀਆਂ ਚੰਡੀਗੜ੍ਹ ਦੂਈਆਂ, NDI ਜਿਹੜੇ ਲੱਗੀਆਂ ਹੋਈਆਂ ਨਵੀਆਂ ਲੱਗਦੀਆਂ ਚੰਡੀਗੜ੍ਹ ਵਾਸਤੇ ਇੰਡੀਅਨ ਵਾਲੀਆਂ, ਅਤੇ ਉਹ ਇਹਨੇ ਆਹ ਲਵਾ ਲਈ। ਹੁਣ ਚੰਡੀਗੜ੍ਹ ਤਾਂ ਇਹ ਜਾ ਨਹੀਂ ਸਕਦਾ, ਇਹਦਾ ਜਦੇ ਹੀ ਚਲਾਉਣ ਆ। ਵੈਸੇ ਤਾਂ ਪਹਿਲਾਂ ਸਰਾਂਸਰ ਦਾ ਹੀ ਕਰ ਦੇਣਾ ਉਹਨੇ, ਚਾਬੀ ਵੀ ਆਹ ਲਵਾ ਲਿਆ ਹੈ, ਚਾਬੀ ਦੇਖ ਲਓ 5 ਸਾਲ ਪੁਰਾਣੀ ਹੈ। ਮੈਂ ਫਿਰ ਮੈਂ ਲਾਉਂਦਾ ਤਾਂ ਹੈ ਨਹੀਂ, ਤਾਂ ਤੈਂ ਅੱਜ ਲਵਾ ਲਈ ਨੇ ਬਣਾ ਕੇ ਦੱਸ, ਠੀਕ ਹੈ ਜੀ। ਆਹ ਲਵਾ ਲਿਆਂਦਾ ਇਹਨੇ, ਟਾਇਰ ਦੇਖੋ ਕਿੰਨਾ ਚੌੜਾ ਪਵਾਇਆ ਹੈ, ਸਾਰਾ ਕੰਮ ਇਹੋ ਜਿਹਾ ਕਰਾ ਲਿਆ ਵੀ ਚਲਾਨ ਦਾ ਪੂਰਾ, ਵੀ ਮਤਲਬ ਵੀ ਜੇ ਆਹ ਲੈ ਗਿਆ, ਮੈਂ ਲੈ ਗਿਆ ਮੇਰਾ ਚਲਾਨ ਹੋ ਜਾਣਾ, ਜੇ ਆਹ ਲੈ ਗਿਆ ਫਿਰ ਬੌਂਡੇ ਹੋਣਾ, ਇਹਦੇ ਕੋਲ ਲਾਇਸੈਂਸ ਵੀ ਨਹੀਂ ਹੈਗਾ। ਹੁਣ ਮੈਨੂੰ ਐਂ ਦੱਸੋ ਵੀ ਆਹ ਕੰਮ ਕਰਦਾ, ਦੱਸੋ ਇਹਨੂੰ ਮੜੀ ਅਕਲ। ਮੈਂ ਇਹਨੂੰ ਕਹਿੰਦਾ ਹੁੰਦਾ ਇੱਕ ਹੋਰ, ਮੈਂ ਅੱਜ ਤੱਕ ਆਪਣੇ ਮੋਟਰਸਾਈਕਲ ਦਾ ਨਾ ਆਹ ਚੀਜ਼ ਜਿਵੇਂ ਆਹ ਦੇਖੋ ਆਹ ਲੱਗਿਆ ਵਾ ਫੁੱਟਰੈਸਟ, ਆਹ ਮੈਂ ਤਰਾਇਆ ਨਹੀਂ, ਤਾਂ ਕੱਲ੍ਹ ਇਹ ਵੀ ਤਰਾਇਆ ਆ। ਕਹਿੰਦਾ ਬੁਲਟ ਇੱਕਣਾ ਨਹੀਂ ਜੱਜਦਾ ਹੁੰਦਾ, ਮੈਨੂੰ ਅੱਗੇ ਤੋਂ ਆਏ ਕਹਿੰਦਾ ਵੀ ਦੱਸੋ। ਫਿਰ ਮੈਂ ਇਹਨੂੰ ਇੱਕ ਗੱਲ ਕਹੀ ਵੀ ਮੈਂ ਫੁੱਗਰ ਪਾਉਣੇ ਵਾਸਤੇ ਨਹੀਂ ਲਿੱਤਾ ਹੈਗਾ ਇਹ ਸ਼ੌਂਕ ਦਾ ਵੀ ਬੁਲਟ ਚਲਾਉਣਾ, ਬੁਲਟ ਉਸ ਵਾਸਤੇ ਲਿੱਤਾ ਹੋਇਆ, ਨਾ ਅਸੀਂ ਫੁੱਗਰ ਪਾਣੇ ਕਰੇ ਨਾ ਕਰਨ ਦੇਣੇ ਹੈ, ਬੋਲ ਬਾਈ ਨਾ ਫੁੱਗਰ ਪਾਣੇ ਕਰੇ ਨਾ ਕਰਨ ਦੇਣੇ ਹੈ ਅਸੀਂ। ਹੁਣ ਇਹਦਾ 2-4 ਦਿਨ ਚਾਹ ਲਾ ਕੇ, ਇਹਦਾ ਜਿਹੜਾ ਬੈਂਡ ਹੈ, ਇਹ ਹਰ ਸਪੀਡ ਦਾ ਬੈਂਡ ਕਹਿੰਦਾ ਫ੍ਰੀ ਦਾ ਹੀ ਹੈ, ਹਰ ਸਪੀਡ ਵਾਲਾ ਹੈ, ਕਹਿੰਦਾ ਮੈਨੂੰ ਸ਼ੌਂਕ ਜਿਹਾ ਲਾ ਲੈਣ ਦਾ। ਮੈਨੂੰ ਜਦੇ ਕਿਹਾ ਮੈਂ ਚਲਾਨ ਕਰਾਉਣਾ ਪਿਆ, ਕੋਈ ਨੀ ਹੁਣ ਤਾਂ ਹੀ ਖੋਲਿਆ ਵੀ 2 ਵਾਰੀ ਚਲਾਨ ਹੋਇਆ ਉਹਦਾ। ਹਾਂ ਹੁਣ ਤੁਸੀਂ ਦੱਸਿਓ ਬਾਈ ਇਹ ਸਹੀ ਗੱਲ ਹੈ? ਜਿਹੜਾ ਮਾਂ ਬਾਪ ਕਹੇ ਕਰਦੇ ਨਾ ਉਹ ਤਾਂ ਕਹਾ ਮੰਨਣਾ ਚਾਹੀਦਾ, ਬਹੁਤ ਵਧੀਆ ਰਹੂਗਾ ਬੰਦਾ ਆਹ ਕੰਮ ਕਰਦਾ। ਉਹ ਆ ਜਾ ਇੱਧਰ ਨੂੰ, ਕਹਿੰਦੇ ਵੀ ਜਸ਼ਨ ਨੂੰ ਦਿਖਦਾ, ਜਸ਼ਨ ਨੂੰ ਆਹੀ ਕੰਮਾਂ ਤੇ ਵੇਹ ਨਹੀਂ ਹੈਗੀ ਬਾਈ। ਫਿਰ ਕਹੀ ਯਾ ਇਹਦੀ ਸਨੈਪਚੈਟ ਦੇਖ ਲਓ ਕਿਹੜੀ ਆ, ਹੁਣ ਤੂੰ ਦੱਸ ਦੇ ਇੰਸਟਾਗ੍ਰਾਮ ਕਾਹਤੇ ਪਾਉਂਦਾ ਇਹਨੂੰ ਉਹਨੂੰ ਕਰ ਇੰਸਟਾਗ੍ਰਾਮ ਪਾ। ਹਾਂ ਇੰਸਟਾਗ੍ਰਾਮ ਤੇ ਦੇਖ ਲਓ, ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀਡੀਓ 'ਚ ਘੱਟ ਹੈ, ਆਪਣੀਆਂ ਵੀਡੀਓ ਬਣਾ ਬਣਾ ਕੇ ਸ਼ੋਰਟ ਕਦੇ ਕਾਹਤੇ ਤੇ ਉਹ ਬਹੁਤ ਉਹ ਕਰਦਾ ਸ਼ੋ। ਜਿਹੜਾ ਬੰਦਾ ਮਾਂ ਬਾਪ ਦਾ ਲੈਣਾ ਕਹਾ ਮੰਨੇ ਨਾ ਬਹੁਤ ਨਹੀਂ, ਮੰਨਦੇ ਤਾਂ ਹੈਗੇ ਆ, ਮੰਨਦੇ ਤਾਂ ਹੈਗੇ, ਗਲਤ ਕੰਮ ਕਰੇ ਨੀ ਜਿਹੜਾ ਅੱਜ, ਉਹ ਤਾਂ ਪਹਿਲਾਂ ਹੁੰਦਾ ਵੀ ਕਿੱਦਾਂ ਚਲਾਨ ਕਰਾ ਕੇ ਖੋਲਦੀ, ਫਿਰ ਕਿਆ ਚੱਕਰ? ਮੈਂ ਤਾਂ ਰਹੂਗਾ, ਮੈਂ ਜੀ ਕਮਾ ਰਹਿਣੀ ਆ ਗਲੀਆਂ ਰੋਪੜੀ, ਕੋਈ ਗੱਲ ਨਹੀਂ, ਕਿਚ ਨੂੰ ਫੜਦਾ ਕੋਈ ਫਾਇਦਾ ਕਿਆ ਹੁੰਦਾ ਪਤਾ? ਕਿਆ ਕਰ ਜਾਓ ਆਪਣਾ ਆਰਾਮ ਨਾਲ ਜਾਓ, ਅਜੇ ਪੁੱਠੇ ਕੰਮ ਨਾ ਕਰੋ। ਨਹੀਂ ਪਤਾ ਕਿਆ ਚੱਕਰ, ਮੈਂ ਇਹਨੂੰ ਇੰਨੀ ਵਾਰ ਸਮਝਾਉਂਦਾ ਹੁੰਦਾ ਜੀ, ਬਾਕੀ ਤੁਸੀਂ ਆਪਣੇ ਵੀ ਕਰੋ। ਇਹਦੇ ਯਾਰ ਦੋਸਤਾਂ ਨੇ ਕਹਿੰਦਾ, ਮੇਰੇ ਯਾਰ ਦੋਸਤਾਂ ਨੇ ਸਭ ਨੇ ਕਰਾਇਆ ਹੋਇਆ, ਮੇਰੀ ਗੱਲ ਸੁਣ, ਯਾਰ ਦੋਸਤ ਖੂਹ ਮਛਾਲ ਮਾਰੂਗਾ, ਗੈਰੇ ਮਾਰੂਗਾ। ਮੈਨੂੰ ਉਹੀ ਕਹਿ ਕਹਿੰਦਾ ਹੁੰਦਾ ਵੀ ਦੇਖ ਵੀ ਇੱਕ ਨਾ ਆਪਾਂ ਨੇ ਕਿਸੇ ਦੀ ਰੀਸ ਨਹੀਂ ਕਰਨੀ, ਠੀਕ ਆ,
ਆਪਾਂ ਤਾਂ ਜਿਵੇਂ ਸਿੰਪਲ ਜਿਹਾ ਉਹ ਕਹਿੰਦਾ ਉਹ ਕਰੋ ਕੋਈ ਮੇਰੇ ਮੋਟਰਸਾਈਕਲ ਨੂੰ ਪੁਲਿਸ ਵਾਲਿਆਂ ਨੇ ਮੈਨੂੰ ਨਾ ਇੱਕ ਵਾਰ ਪੁਲਿਸ ਵਾਲਿਆਂ ਨੇ ਘੇਰ ਲਿਆ ਜੀ ਅਸੀਂ ਚੱਲੇ ਦੇ ਇੱਕਣੇ ਆਹ ਦਾਤ ਲਏ ਹੋਏ ਆਹ ਜਿਹੜੇ ਆਪਣੇ ਕਿਹੜੀ ਫਿਲਮਾਂ 'ਚ ਹੁੰਦਾ ਇਹ ਸਾਊਥ ਇੰਡੀਅਨ ਫਿਲਮਾਂ 'ਚ ਦਾਤ ਗੰਨਾ ਲੈਣ ਚੱਲੇ ਦੇ ਬੀਜ ਵਾਸਤੇ ਨਹਿਰ ਤੋਂ ਪਾਰ ਮੈਨੂੰ ਮੈਂ ਬਈਏ ਬਿਠਾਏ ਹੋਏ ਤੇ ਤਿੰਨ ਮੈਨੂੰ ਪੁਲਿਸ ਵਾਲਿਆਂ ਨੇ ਘੇਰ ਲਿਆ ਕਹਿੰਦਾ ਤੇਰਾ ਚਲਾਨ ਹੈ ਵੀ ਤਿੰਨ ਸਵਾਰੀ ਮੈਂ ਕਿਹਾ ਲਾਇਸੈਂਸ ਵੀ ਨਹੀਂ ਚਾਹੀਦਾ ਖੇਤ ਚੋਂ ਖੇਤ ਅੱਗੇ ਉੱਧਰ ਬੀਜ ਲੈਣ ਗਿਆ ਤਾ ਚੱਲ ਮੈਂ ਕਿਹਾ ਕਾਹਦਾ ਹੀ ਕਹਿੰਦਾ ਪਟਾਕਾ ਮਾਰਦਾ ਆਹ ਸੁੱਚਦਾ ਪਟਾਕਾ ਚਲਾਉਣ ਕਹਿੰਦਾ ਸਟਾਰਟ ਕਰਿਆ ਉਦੋਂ ਤੋਂ ਬੰਦ ਕਰਕੇ ਔਨ ਕਰਨਾ ਪਟਾਕਾ ਮਾਰਦਾ ਮੈਂ ਕਿਹਾ ਯਾਰ ਕੰਪਨੀ ਨੇ ਸੁੱਚ ਦਿਆ ਹੋਇਆ ਅਸੀਂ ਥੋੜ੍ਹਾ ਲਵਾਇਆ ਕੰਪਨੀ ਨੂੰ ਕਹੋ ਬੰਦ ਕਰ ਦਿਓ ਅਤੇ ਮੰਨ ਲਓ ਵੀ ਇਹੀ ਸੁੱਚਦਾ ਜ਼ਿਆਦਾ ਪਟਾਕਾ ਮਾਰਦਾ ਜਦ ਆਪਾਂ ਔਨ ਕਰਕੇ ਇਹਨੂੰ ਬੰਦ ਕਰਕੇ ਕਹਿੰਦਾ ਪਟਾਕਾ ਮਾਰਦਾ ਹੈ ਮੈਂ ਕਿਹਾ ਬਾਈ ਆਹ ਸੁੱਚ ਅਸੀਂ ਨਹੀਂ ਲਵਾਇਆ ਕੰਪਨੀ ਦੀ ਸੁੱਚ ਲੱਗਦੀ ਆ ਮੰਨਿਆ ਨਹੀਂ ਜੀ ਚਲੋ ਮੈਂ ਕਿਹਾ ਬਈ ਕੋਈ ਗੱਲ ਨਹੀਂ ਕੱਟੋ ਚਲਾਨ ਕੱਟਤਾ ਬਾਈ ਉਹਨਾਂ ਨੇ ਮੇਰਾ ਚਲਾਨ ਕੱਟਿਆ ਉਹਨਾਂ 'ਤੇ ਨਾ ਗਲਤੀ ਨਾਲ 31 ਮਾਰਚ ਦੇ ਦਿਨ ਚੱਲਦੇ ਤੇ ਗਲਤੀ 'ਤੇ ਨਾ 6 ਮਹੀਨੇ ਦੀ ਤਰੀਕ ਪੈ ਗਈ 31 ਦੀ ਜਗ੍ਹਾ 6 ਮਹੀਨੇ ਮੈਨੂੰ ਫੋਨ ਆਇਆ ਕਹਿੰਦਾ ਬਾਈ ਤਰੀਕ ਗਲਤ ਪੈ ਗਈ ਤੂੰ ਆਪਣੇ ਤਰੀਕ ਮੇਰੇ ਕੋਲ ਨਾ ਚੇਂਜ ਕਰਵਾ ਦੇ ਮੈਂ ਕਿਹਾ ਜਿਵੇਂ ਕਰਕੇ ਗਏ ਤੇ ਨਾ ਕਰਿਆ ਚਲਾਨ ਉੱਕਣੀ ਆ ਕੇ ਕਰ ਮੈਂ ਤੈਨੂੰ ਕਿਆ ਕਹਿ ਤਾ ਵੀ ਮੈਂ ਤਾਂ ਖੇਤ ਨੂੰ ਜਾ ਰਿਹਾ ਮੈਂ ਜਿਹੜੀ ਤਰੀਕ ਨੂੰ ਆਇਆ ਤਾਂ ਮੈਂ ਉਸੇ ਤਰੀਕ ਨੂੰ ਭਰਾਊਂਗਾ 100 ਰੁਪਇਆ ਭਰਾ ਕੇ ਆਇਆ ਤਾਂ ਮੈਂ ਉਹ ਵੀ ਕਚਹਿਰੇ ਦੇ ਉੱਤੇ 6 ਮਹੀਨੇ ਬਾਅਦ 100 ਰੁਪਇਆ ਚਲਾਨ ਹੋਇਆ ਤਾ ਕਿਉਂ ਮੇਰਾ ਉਹ ਲੰਬਾ ਟਾਈਮ ਹੋ ਗਿਆ ਤਾਂ ਉਹਨਾਂ ਨੇ ਕੋਰਟ 'ਚ ਭੇਜਤਾ ਕੋਰਟ ਫਿਰ ਲੋਕ ਅਦਾਲਤ 'ਚ ਆਹੋ ਉਹਨਾਂ ਨੇ ਚਲਾਨ ਕਰਿਆ ਤਾ 100 ਰੁਪਏ ਦਾ ਤਾਂ ਉਹ ਭਰ ਕੇ ਆਇਆ ਤਾ ਮੁੜ ਨਹੀਂ ਤਾਂ ਮੇਰੇ ਬੁਲਟ ਦਾ ਕੋਈ ਚਲਾਨ ਨਹੀਂ ਹੋਇਆ ਤਾਂ ਮੈਂ ਕਹਿੰਦਾ ਹੁੰਦਾ ਵੀ ਨਿਆਣਿਆਂ ਨੂੰ ਚਾਹੀਦੀ ਹੈ ਕਿਸੇ ਜਾਨੀ ਮਾਂ ਬਾਪ ਦਾ ਕਹਾ ਮੰਨਣਾ ਚਾਹੀਦਾ ਬੰਦੇ ਨੂੰ ਮੰਨਣਾ ਚਾਹੀਦਾ ਨਾ ਹੈ ਬਸ ਫਿਰ ਹੁਣ ਇੱਕ ਵਾਰੀ ਦੇਖ ਲਾ ਹੁਣ ਮੈਂ ਖੋਲ ਦਿੱਤਾ ਮੈਂ ਐਂ ਤਾਂ ਕਹਿੰਦਾ ਕਹਿੰਦਾ ਵੀ ਕੋਈ ਨਾ ਪਾਪਾ ਮੈਂ ਥੋੜ੍ਹੇ ਦਿਨ ਮਾੜਾ ਸ਼ੌਂਕ ਦਾ ਮੇਰੇ ਯਾਰ ਦੋਸਤਾਂ ਨੇ ਕਰਾਇਆ ਹੋਇਆ ਮੈਂ ਕੋਈ ਗੱਲ ਨਹੀਂ ਕਰਾ ਲੈ ਚਲਾ ਲੈ ਬਸ ਬਦਲਾ ਦੇ ਇਹ ਚਲਾਨ ਨਹੀਂ ਆਉਣਾ ਤੇ ਚਲਾਨ ਹੋ ਕੇ ਮੈਂ ਤਾਂ ਭਰਾਉਣਾ ਨਹੀਂ ਨਾ ਮੈਂ ਛਡਾਉਣਾ ਸਕੂਟਰ ਹੈਗਾ ਮੈਂ ਸਕੂਟਰ 'ਚ ਤੇਲ ਪਵਾ ਲੈਣਾ ਆਪਣੇ ਚੇਤਕ 'ਚ ਚੇਤਕ ਰੱਖ ਲੈਣਾ ਠੀਕ ਹੈ ਨਾ ਐਂ ਤਾਂ ਮੰਨਦੇ ਹਾਂ ਕਹਿਣਾ ਪਰ ਕਦੇ ਕਹਿੰਦੇ 5 ਸਾਲ ਕਿੰਨੇ ਸਾਲ ਹੋ ਗਏ ਹੁਣ ਤਾਂ 5 ਸਾਲ ਹੋ ਗਏ ਕਹਿੰਦੇ ਮੈਂ ਚੱਲ ਕੋਈ ਨਹੀਂ 5 ਸਾਲ ਬਾਅਦ ਕਹਿੰਦਾ ਆਹ ਕਰਾਇਆ ਮੈਂ ਚੱਲ ਕੋਈ ਗੱਲ ਨਹੀਂ ਇੰਨੇ ਦਿਨਾਂ ਬਾਅਦ ਤਾਂ ਕੋਈ ਚੱਕਰ ਨਹੀਂ ਪਰ ਫਿਰ ਵੀ ਮੈਨੂੰ ਚੰਗਾ ਨਹੀਂ ਲੱਗੇ ਇਹਦੀ ਆਵਾਜ਼ ਬਹੁਤ ਜ਼ਿਆਦਾ ਹੈ ਪਿਛਲੇ ਬੰਦੇ ਦੇ ਪੌਕਾਂ ਨਿਕਲਦਾ ਮੈਂ ਇਹ ਚੇਂਜ ਕਰਵਾ ਦੇਣਾ ਥੋੜ੍ਹੀ ਦੇਰ ਤੱਕ ਕਿਉਂ ਹਰਸ਼ਵੀਰ ਨੇ ਵੀ ਤਾਂ ਹੀ ਖੋਲਿਆ ਤਾ ਇਹ ਖੋਲਿਆ ਤਾਂ 2 ਵਾਰ ਹੋਇਆ ਪਰ ਇੱਕ ਗੱਲ ਹੈ ਬਾਈ ਦੀਦੀ ਬਾਈ ਇਹਨੂੰ ਸ਼ੌਂਕ ਬਹੁਤ ਆ ਚੀਜ਼ਾਂ ਸ਼ਿੰਗਾਰਨੇ ਦਾ ਸਾਰਾ ਦਿਹਾੜੀ ਧੁੱਪ ਚ ਲਾ ਦੂਗਾ ਕਦੇ ਕਰਿਆ ਨੀ ਤਾ ਸਾਰਾ ਸਾਰਾ ਦਿਨ ਖੇਚੇ ਰਹਿੰਦਾ ਤਾ ਰਾਤ ਨੂੰ ਆਉਂਦਾ ਰਾਤ ਨੂੰ ਵੀ ਬੁਲਾਉਣਾ ਪੈਂਦਾ ਤਾ ਡਰਾਈਵਰ ਕਹਿੰਦਾ ਬਾਈ ਮਸ਼ੀਨ ਚੱਲਦੀ ਨੀ ਹੁੰਦੀ ਤੇ ਕਹੀ ਜਾਂਦਾ ਤਾ ਚਲਾ ਕੋਈ ਗੱਲ ਨੀ ਐਸੀ ਕੰਮ ਇਹਨੇ ਵਧੀਆ ਕਰਿਆ ਬਹੁਤ ਮੈਂ ਤਾਂ ਹੀ ਇਹਨੂੰ ਕਿਹਾ ਮੈਂ ਕਰਾ ਲਾ ਜੇ ਕੁਛ ਕਰਾਉਣਾ ਠੀਕ ਹੈ ਪਰ ਬਾਕੀ ਸਾਰਾ ਕੁਝ ਚੱਲ ਫਿਰ ਵੀ ਠੀਕ ਹੈ ਥੋੜ੍ਹਾ ਇਹਦਾ ਕੋਈ ਨਹੀਂ ਫਰ ਗਿਆ ਅਤੇ ਜੇ ਇੱਕ ਚੀਜ਼ ਹੋਰ ਆਈ ਨਹੀਂ ਧੋਇਆ ਵਾ ਇਹ ਪਾਲਸ ਪੁਲਸ ਵਾ ਜੇ ਚੀਜ਼ ਨੂੰ ਲੱਗ ਗਿਆ ਇਹ ਫਿਰ ਤਾਂ ਐਨ ਵਧੀਆ ਵੱਟ ਕਰ ਦਿੰਦਾ ਐਨ ਚਮਕਾ ਦਿੰਦਾ ਹੁਣ ਟਰੈਕਟਰ ਨੂੰ ਦੇਖੀ ਕਹੀ ਜਾਂਦਾ ਮੈਂ ਕਿਹਾ ਰੁਕ ਜਾ ਇੱਕ ਅੱਧਾ ਦਿਨ ਦੇਖ ਲਿਆ ਜਿਹੜੀ ਬਣਾਤੀ ਟਰੈਕਟਰ ਧੋਣਾ ਐਨ ਬੜਾ ਫਿਰ ਤਾਂ ਐਨ ਬਣਾ ਦਿੰਦਾ ਚੀਜ਼ ਗੱਲਬਾਤ ਹਰੇਕ ਚੀਜ਼ 'ਤੇ ਖੂਬੀ ਵੀ ਹੈਗੀ ਇਹਦੇ 'ਚ ਜੇ ਬੰਦਾ ਲੱਗ ਜਾਵੇ ਐਨ ਵਧੀਆ ਚਮਕਾਇਆ ਦੇਖ ਲਓ ਇਹਨੇ ਐਨ ਆਪੇ ਧੋਇਆ ਵਾ ਇਹ ਕੋਈ ਕਹਿ ਦੂਗਾ ਵੀ ਇੱਥੇ ਕਿਸੇ ਹੋਰ ਪਾਸੇ ਤਾਂ ਇੱਥੇ ਸਵੇਰੇ ਲਿਆ ਹਾਲੇ ਤਾਂ ਮੈਂ ਇਹਦੇ ਬਾਰੇ ਜਾਇਆ ਰੋਪੜ ਮੀਂਹ ਦੇ ਵਿੱਚ ਤਾਂ ਹੱਕਣਾ ਹੋਗਾ ਨਹੀਂ ਤਾਂ ਇੰਨੀ ਕੁ ਵੀ ਮਿੱਟੀ ਨਹੀਂ ਦੀਦੀ ਨੂੰ ਲੱਗੀ ਹੋਈ ਕਿਉਂਕਿ ਐਂ ਚਮਕਦਾ ਤਾ ਫਿਰ ਆਉਂਦੇ ਨੇ ਪਾਪਾ ਸਾਰਾ ਲਵੇੜ ਲਿਆ ਕੋਈ ਵੀ ਹੁਣ ਚਲਾਉਣੇ ਨਹੀਂ ਦੇ ਹਾਂ ਤਾਂ ਚਲੋ ਚੱਲਦੇ ਹਾਂ ਜੀ ਹਾਲ ਲਾਈਏ ਲੋ ਜੀ ਬਾਈ ਪਹੁੰਚ ਗਏ ਖੇਤ 'ਚ ਉੱਧਰ ਗੱਡ ਤੇ ਇੱਧਰ ਪਿੱਛੇ ਬਾਈ ਗੱਡਦਾ ਆਉਂਦਾ ਹੈ ਕਰੰਟ ਛੱਡ ਦੇਣ ਤੋਂ ਬਾਅਦ ਬਾਈ 'ਚ ਕਰੰਟ ਛੱਡ ਦੇ ਹਾਂ ਵੀ ਜਾਨ ਬੰਦ ਨਾ ਕਰੀ ਆਵੇ ਫਾਇਦਾ ਬਹੁਤ ਆ ਬਾਈ ਇਹਦਾ ਆ ਹੁਣ ਆ ਡੰਡੇ ਗੱਡ 'ਤੇ ਬਹੁਤ ਫਾਇਦਾ ਹੈ ਵੀ ਕੋਈ ਜਾਨਵਰ ਕੁਛ ਨਹੀਂ ਵੱਢਦਾ ਹੈਗਾ ਅਤੇ ਵਧੀਆ ਚੀਜ਼ ਆ ਅਸੀਂ ਤਾਂ ਆਹੀ ਵਾਰ ਲਾਉਂਦੇ ਹਾਂ ਬਾਕੀ ਤੁਹਾਡਾ ਪਤਾ ਨਹੀਂ ਏਰੀਏ ਦਾ ਵੀ ਫਰਕ ਆ ਸਾਡੇ ਜਾਨਵਰ ਬਹੁਤ ਆ ਇੱਥੇ
ਕਿਆ ਹੋ ਗਿਆ ਬਾਈ ਮੈਂ ਕੱਢਾਂ ਬਾਈ ਐ ਕਹਿੰਦਾ ਕਿਉਂ ਬੁੜੇ ਬੰਦੇ ਆ ਬੁੜਾ ਲੱਗਦਾ ਤੁਹਾਨੂੰ ਮੈਨੂੰ ਐਂ ਦੱਸ ਦੋ ਹੈ ਦੇਖੋ ਬਾਈ ਜੇ ਤਾਂ ਕੋਈ ਕੰਮ ਹੋਵੇ ਫਿਰ ਤਾਂ ਬਣ ਜਾਂਦਾ ਇਹ ਬੁੜਾ ਜੇ ਕਿਤੇ ਜਾਣਾ ਹੋਵੇ ਜਾਂ ਕੁਛ ਉਹ ਕਰਨਾ ਫਿਰ ਮੈਂ ਜਾਣਾ ਦੱਸ ਹੁਣ ਫਿਰ ਕਹਿੰਦੇ ਜੇ ਕਿਤੇ ਜਾਣੇ ਦੀ ਵਾਰੀ ਆ ਜਾਂਦਾ ਅਸੀਂ ਜਾਣਾ ਉਹ ਨਹੀਂ ਮੈਂ ਜਾਣਾ ਹੈ ਦਿੱਲੀ ਨੂੰ ਸਭ ਤੋਂ ਪਹਿਲਾਂ ਪੂੰਛ ਚੱਕਦਾ ਦਿੱਲੀ ਤਾਂ ਜਾਣਾ ਹੀ ਜਾਣਾ ਆਹ ਡੰਡਾ ਕੱਟ ਕਾਲੇ ਉਰੇ ਮੈਂ ਕਹਿੰਦਾ ਸਿੱਧਾ ਆ ਇਹਨੂੰ ਬਿੰਦਾ ਉੱਥੇ ਕੱਟ ਦਿੰਦੇ ਇਹਨੂੰ ਰੱਖ ਲੈਂਦੇ ਅੱਗੇ ਪਜਾਉਂਦੇ ਇਹਨੂੰ ਉਹ ਬਿੰਦਾ ਇਹ ਇਹਨੂੰ ਗੱਪੇ ਲਾ ਦੇ ਮਾੜਾ ਜਿਹਾ ਦਾਤ ਉਰੇ ਛੱਡ ਦਮਾ ਦਾਤ ਤਾਂ ਵੈਸੇ ਹੀ ਲਏ ਆਪਾਂ ਸਾਊਥ ਇੰਡੀਅਨ ਕਹਿੰਦੇ ਨੀ ਇੱਟ ਮਾਰ ਕੇ ਸਿਰ ਪਾੜ ਤੂੰ ਲੈ ਉੱਥੇ ਖੇਲਣ ਦੀ ਤਿਆਰੀ ਚਾਹੁੰਦਾ ਕ੍ਰਿਕਟ ਦਾ ਹੋ ਗਿਆ ਹੁਣ ਉਹਨੂੰ ਸਾਨੂੰ ਕਿਹੜਾ ਜਿੱਤਣ ਦਿੰਦੇ ਆ ਉਹ ਨਾ ਸਾਡੀ ਵਾਰੀ ਆਉਣ ਦਿੰਦੇ ਛੱਕੇ ਵਾ ਛੱਕਾ ਸਾਰੇ ਓਵਰ ਤਾਂ ਆਏ ਹੋ ਗਏ ਕਰਦੇ ਆ ਹਾਂ ਤੇ ਬਹੁਤ ਓਵਰ ਹੁੰਦੇ ਨੇ ਤਿੰਨ ਤਿੰਨ ਤਾਂ ਓਵਰ ਪਾਉਂਦੇ ਆ ਤੁਸੀਂ ਨਾ ਨਾ ਪੰਜ ਪੰਜ ਛੇ ਛੇ ਰੱਖ ਲੈਂਦੇ ਜੀ ਹੁਣ ਲਾਉਣ ਲੱਗ ਗਿਆ ਬਾਈ ਕਰੰਟ ਵਾਲੀ ਤਾਰ ਬਾਈ ਦਿਖਾ ਦੇ ਉੱਧਰ ਦੂੰਗੇ ਇਹ ਰੱਸੀ ਘੜ ਦੇਣੀ ਆਪਣੀ ਮੈਨੂੰ ਮਾਇਆ ਦਾ ਪਹਿਲਾਂ ਸਿੰਗਲ ਹੀ ਲਾ ਦਿੰਦੇ ਆ ਹਵਾ ਜਾਣੀ ਨਾ ਬਾਜ ਕਰਨੀ ਪੂਰੀ ਨਾ ਆਉਣੀ ਵਿੱਚ ਘੋਗੀ ਨਾ ਗਟਾਰ ਨਾ ਕੌਣ ਚਿੜੀ ਦੇਖਿਆ ਸਿੱਖ ਲੋ ਕੰਮ ਪੜ੍ਹਾਈ ਦੇ ਨਾਲ ਕੰਮ ਸਿੱਖਿਆ ਵਧੀਆ ਰਹਿੰਦਾ ਮਾਰ ਨੀ ਖਾਊਂਗੇ ਤੂੰ ਖੋਲ ਦੇ ਫਸ ਗਿਆ ਬਾਈ ਬੂਟ ਖੋਲਣੇ ਪੈਣੇ ਮੈਂ ਡੰਡੇ ਅੰਦਰ ਰੱਖਿਆ ਵਾ ਲੋ ਜੀ ਬਾਈ ਆਹ ਦੇਖੋ ਕਿਵੇਂ ਹਿੱਲਦੀ ਆ ਆਹ ਲੱਗ ਗਈ ਸਾਡੀ ਕੰਡਾ ਤਾਰ ਇੱਕ ਵਾਰ ਉੱਪਰ ਲੱਗਣੀ ਆ ਤੁਹਾਡੀ ਰੱਸੀ ਘੱਟ ਗਈ ਇੱਕ ਗੋਲਾ ਬਾਈ ਇੱਕ ਚੱਕ ਕੇ ਲੈ ਦੇ ਕਿਤੇ ਦੋ ਵਾਰ ਘੁੰਮ ਜੂਗੇ ਕਿਆ ਕਰਨੀ ਆ ਹੱਥ ਨਾਲ ਵੱਢਦੇ ਯਾਰ ਅਦੇ ਆਵਾਜ਼ ਆਉਂਦੀ ਬਾਈ ਪੂਰੀ ਆਵਾਜ਼ ਆਉਂਦੀ ਆਹ ਦੇਖੋ ਨਾਲੇ ਇਹ ਆਵਾਜ਼ ਕਰੀ ਜਾਂਦੀ ਆ ਮੈਂ ਚਿੜੀ ਬੈਠੀ ਕੁਛ ਨਹੀਂ ਬੈਠਣਾ ਐਨ ਦੇਖੋ ਐਂ ਹਿੱਲੀ ਜਾਣਾ ਇਹਨੇ ਜਦ ਮਰਜ਼ੀ ਦੇਖ ਲਿਓ ਐਂ ਚਮਕਾਰੇ ਮਾਰੀ ਜਾਣੇ ਪਨੀਰੀ ਦਾ ਪਾਣੀ ਕੱਢ ਦੇਣਾ ਸੀ ਸਵੇਰੇ ਭਰ ਕੇ ਉਹ ਕਰਿਆ ਤਾਂ ਹੁਣ ਕੱਢ ਦੇਣਾ ਦਵਾਈ ਪਾਈ ਸੀ ਉਹ ਇੱਧਰ ਨੂੰ ਕੱਢਣਾ ਲਓ ਜੀ ਨਿਬੜ ਗਿਆ ਇਹਦਾ ਵੀ ਕੰਮ ਅਤੇ ਪਾਣੀ ਕੱਢਤਾ ਪਨੀਰੀ ਦਾ ਇਹ ਖੇਤ ਥੋੜ੍ਹੇ ਪਾਣੀ ਘੱਟ ਖਾਂਦੇ ਆ ਕਿਉਂਕਿ ਹੁਣ ਜੰਮਣ ਨੂੰ ਪਨੀਰੀ ਪੂਰੀ ਹੋਵੇ ਜੇ ਬਹੁਤਾ ਪਾਣੀ ਖੜਿਆ ਰਹਿ ਗਿਆ ਤਾਂ ਵੀ ਮਰ ਜਾਣਾ ਇਹ ਇਸ ਕਰਕੇ ਇਹਦਾ ਪਾਣੀ ਕੱਢਣਾ ਜ਼ਰੂਰੀ ਹੈ ਪਾਣੀ ਕੱਢਤਾ ਚਲੋ ਠੀਕ ਹੈ ਜੀ ਆਹ ਵੀਡੀਓ ਮੇਰੀ ਇੱਥੇ ਤੱਕ ਸੀ ਮੇਰੀ ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਕਰਿਓ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ 'ਚ